ਚਾਈਨਾ ਡੋਰ ਚ ਫਸ ਕੇ ਪੰਛੀ ਲਟਕਿਆ ਦਰਖਤ ਤੇ, ਮੌਕੇ ਤੇ ਮੌਜੂਦ ਨੌਜਵਾਨਾਂ ਕਰਕੇ ਬਚੀ ਗਈ ਪੰਛੀ ਦੀ ਜਾਨ। ਤਾਂ ਦੱਸ ਦਈਏ ਕਿ ਰਾਹ ਜਾਂਦੇ ਦੋ ਨੌਜਵਾਨਾਂ ਨੇ ਜਦ ਦਰਖਤ ਵੱਲ ਵੇਖਿਆ ਤਾਂ ਇੱਕ ਪੰਛੀ ਇਹਨਾਂ ਨੂੰ ਤੜਫਦਾ ਵਿਖਦਾ ਜੋ ਕਿ ਚਾਈਨਾ ਡੋਰ ਦੇ ਵਿੱਚ ਫਸਿਆ ਹੋਇਆ ਸੀ। ਤਾਂ ਫਿਰ ਇਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰੀਕੇ ਦੇ ਨਾਲ ਇਸ ਪੰਛੀ ਨੂੰ ਹੇਠਾਂ ਉਤਾਰ ਕੇ ਇਸਦੀ ਜਾਨ ਬਚਾ ਸਕੀਏ, ਪਰ ਇਹਨਾਂ ਦੀ ਕੋਸ਼ਿਸ਼ ਸਫਲ ਨਹੀਂ ਰਹਿੰਦੀ। ਫਿਰ ਇਹਨਾਂ ਦੇ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਫੋਨ ਕੀਤਾ ਜਾਂਦਾ ਤਾਂ ਟੀਮ ਵੀ ਮੌਕੇ 'ਤੇ ਤੁਰੰਤ ਪਹੁੰਚ ਜਾਂਦੀ ਹੈ। ਤਾਂ ਉਹਨਾਂ ਦੇ ਵੱਲੋਂ ਇਸ ਪੰਛੀ ਨੂੰ ਹੇਠਾਂ ਉਤਾਰਿਆ ਜਾਂਦਾ ਅਤੇ ਇਸਦੀ ਜਾਨ ਬਚਾਈ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਨੌਜਵਾਨਾਂ ਕਰਕੇ ਇਸ ਬੇਜਾਨ ਪੰਛੀ ਦੀ ਜਾਨ ਬਚੀ ਹੈ ਜੋ ਕਿ ਚਾਈਨਾ ਡੋਰ ਦੇ ਵਿੱਚ ਫਸ ਕੇ ਦਰਖਤ ਦੇ ਉੱਤੇ ਲਟਕ ਰਿਹਾ ਸੀ। ਤਾਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਪੰਛੀ ਨੂੰ ਹੇਠਾਂ ਨਹੀਂ ਉਤਾਰ ਪਾ ਰਹੇ ਸੀ ਅਤੇ ਫਿਰ ਦਮਕਲ ਵਿਭਾਗ ਦੀ ਟੀਮ ਨੂੰ ਫੋਨ ਕੀਤਾ ਗਿਆ ਅਤੇ ਫਿਰ ਇਸ ਨੂੰ ਹੇਠਾਂ ਉਤਾਰਿਆ ਅਤੇ ਇਸਦੀ ਜਾਨ ਬਚਾਈ ਗਈ। ਤਾਂ ਮੌਕੇ 'ਤੇ ਮੌਜੂਦ ਨੌਜਵਾਨਾਂ ਨੇ ਸੰਦੇਸ਼ ਵੀ ਦਿੱਤਾ ਕਿ ਪੰਛੀਆਂ ਦੇ ਵਿੱਚ ਵੀ ਜਾਨ ਹੁੰਦੀ ਹੈ, ਤਾਂ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਇਹਨਾਂ ਦੀ ਜਾਨ ਜ਼ਰੂਰ ਬਚਾਓ। ਗੱਲ ਕੁਛ ਨਹੀਂ ਭਾਅ ਜੀ, ਇੱਥੇ ਕਾਂ ਅੜਿਆ ਇੱਕ ਵਿਚਾਰਾ, ਇਹ ਕੈਂਟ ਰੋਡ 'ਤੇ ਆ ਭਾਅ ਜੀ, ਠੀਕ ਹੈ, ਅੰਮ੍ਰਿਤਸਰ ਕੈਂਟ ਰੋਡ 'ਤੇ ਕਹਿ ਦੇ ਲਾਗੇ, ਕਾਂ ਇੱਕ ਜੀਵ ਹੀ ਆ ਜਰਾ ਜੀ, ਉਹਦੀ ਜਾਨ ਤੜਫ ਕੇ ਵੇਖ ਕੇ ਸਾਡੇ ਕੋਲ ਰਹਿ ਡਿੱਗਿਆ। ਅਸੀਂ ਇੱਕ ਘੰਟਾ ਹੋ ਗਿਆ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਡੇ ਕੋਲ ਨਹੀਂ ਹੱਥ ਉੱਪੜਿਆ, ਉੱਥੇ ਕਾਫੀ ਉਚਾਈ ਦੇ ਸੀ। ਫਿਰ ਸਾਨੂੰ ਕਿਸੇ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਫੋਨ ਕਰੋ, ਕਹਿੰਦੇ 101 'ਤੇ ਫੋਨ ਕੀਤਾ। ਚਲੋ ਇਹਨਾਂ ਵੀਰਾਂ ਦਾ ਬਹੁਤ ਮਾਣ ਸਨਮਾਨ ਕੀਤਾ, ਵੀਰਾਂ ਆਪਣੇ ਪੂਰੇ ਟਾਈਮ 'ਤੇ ਹਾਜ਼ਰ ਹੋਏ ਆ ਗਏ। ਅੱਜ ਹੋਏ ਤਾਂ ਇਹਨਾਂ ਨੇ ਆਪਣੇ ਜਿੰਨਾ ਵੀ ਵਾਹ ਪਿੱਛੇ ਲੱਗੀ ਹੈ ਭਾਅ ਜੀ ਕਾਂ ਲਾਤਾ ਵਾ, ਚਲੋ ਅਗਲੇ ਜਾਨ ਬਚ ਗਈ ਹੈ, ਠੀਕ ਹੈ। ਚਲੋ ਇਨਸਾਨ ਤਾਂ ਹੈ ਨਹੀਂ, ਇਨਸਾਨੀਅਤ ਨਾਲ ਇਹ ਕੰਮ ਕਰਨਾ ਚਾਹੀਦਾ ਭਾਅ ਜੀ ਆਪਾਂ ਨੂੰ। ਬਾਕੀ ਇੱਕ ਖਾਸ ਤੌਰ 'ਤੇ ਬੇਨਤੀ ਆ ਜੀ, ਚਾਈਨਾ ਡੋਰ 'ਤੇ ਪਾਬੰਦੀ ਨਹੀਂ ਚਾਹੀਦੀ ਭਾਅ ਜੀ, ਸਾਡੇ ਤਾਂ ਲੋਹੜੀ ਦਾ ਤਿਉਹਾਰ ਨਹੀਂ ਆਇਆ, ਜੇ ਲੋਹੜੀ ਦਾ ਤਿਉਹਾਰ ਹੋ ਗਿਆ ਫਿਰ ਕੀ ਹੋਊਗਾ ਭਾਅ ਜੀ। ਅਰੇ ਇੰਨਾ ਟਾਈਮ ਪਹਿਲਾਂ ਹੀ ਲੋਕ ਚਾਈਨਾ ਡੋਰ ਨਾਲ ਗੁੱਡੀਆਂ ਡਾਉਂਦੇ ਆ, ਗਾਂ ਇੱਥੇ ਸਖਤ ਕਾਨੂੰਨ ਪ੍ਰਸ਼ਾਸਨ ਨੂੰ ਭਾਜੀ ਹਜੇ ਮੈਂ ਕਹਿੰਦਾ ਤਿਉਹਾਰ ਨਹੀਂ ਆਇਆ, ਪਹਿਲਾਂ ਇਹ ਕੰਮ ਗਾਂ ਕੀ ਹੋਏਗਾ, ਪਹਿਲਾਂ ਇਹ ਚੀਜ਼ ਵੇਖਦੇ ਅਨੁਸਾਰ ਉਹਨਾਂ ਨੂੰ ਪਹਿਲਾਂ ਹੀ ਪਾਬੰਦੀ ਪਾਉਣੀ ਚਾਹੀਦੀ ਹੈ ਜੀ। ਕਿੰਨੀ ਖੁਸ਼ੀ ਹੋ ਰਹੀ, ਮੈਂ ਕਹਿੰਦਾ ਕਿ ਭਾਜੀ ਬਹੁਤ ਜ਼ਿਆਦਾ, ਤੋ ਇੱਕ ਇਨਸਾਨੀਅਤ ਦੇ ਕੰਮ ਕਰਨਾ ਚਾਹੀਦਾ, ਹਰੇਕ ਨੂੰ ਕਰਨਾ ਚਾਹੀਦਾ ਭਾਜੀ। ਅਸੀਂ ਕਈ ਮੁੱਖ ਮੋੜ ਜਾਂਦੇ ਨੇ ਇਸ ਚੀਜ਼ਾਂ ਵਿੱਚ, ਕੋਈ ਨਹੀਂ ਭਾਜੀ ਮੁੱਖ ਨਹੀਂ ਮੋੜਦੇ, ਚਲੋ ਮਹਾਰਾਜ ਉਹਨਾਂ ਨੇ ਮੱਤ ਪਾਵੇ, ਮੱਤ ਬੁੱਧੀ ਬਖਸ਼ੇ ਭਾਜੀ, ਪਰ ਇਹ ਚੀਜ਼ ਜ਼ਰੂਰੀ ਹੈ ਭਾਜੀ। ਮੈਂ ਕੁਦਰਤੀ ਇੱਥੋਂ ਕਚਹਿਰੀ ਤੋਂ ਸਿੱਧਾ ਆਪਣੇ ਆਫਿਸ ਜਾ ਰਿਹਾ ਸੀ, ਦੇਖਿਆ ਸੀ ਦੋ ਮੁੰਡੇ ਇਹਨਾਂ ਨੇ ਖਲੋਤੇ ਤੇ ਉੱਪਰ ਦੇਖ ਰਹੇ, ਮੈਂ ਕੀ ਹੋਇਆ, ਕਹਿੰਦੇ ਕਾਂ ਲੱਗਾ ਹੋਇਆ ਉੱਪਰ, ਦੇਖੋ ਡੋਰ ਨਾਲ ਫਸਿਆ। ਇਹਨਾਂ ਦੀ ਹੌਸਲਾ ਵੀ ਆਈ ਵਾਸਤੇ ਫਿਰ ਮੈਂ ਖਲੋਤਾ, ਚਲੋ ਥੋੜ੍ਹੀ ਬਹੁਤ ਇਹਨਾਂ ਦੀ ਮਦਦ ਕੀਤੀ ਆ। ਮੈਂ ਤਾਂ ਆਮ ਪਬਲਿਕ ਨੂੰ ਸਭ ਨੂੰ ਕਹਿੰਦਾ ਕੋਈ ਜਾਨਵਰ ਕੋਈ ਪੰਛੀ ਇਸ ਤਰ੍ਹਾਂ ਤੁਹਾਨੂੰ ਲੱਭਦਾ ਉਹਦੀ ਸੇਵਾ ਕਰੋ, ਉਹਨੂੰ ਕਦੇ ਫਸਿਆ ਉਤਾਰੋ, ਇਸ ਤਰ੍ਹਾਂ ਹੀ ਪਲਾਂਟ ਪੌਦੇ ਵਗੈਰਾ ਲਗਾਓ ਤੇ ਸਾਰੀ ਇਸ ਤਰ੍ਹਾਂ ਹੀ ਆਪਣੇ ਇਨਵਾਇਰਮੈਂਟ ਨੂੰ ਸਹੀ ਕਰੀਏ। ਹੁਣ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਮੁੰਡਿਆਂ ਨੇ ਵਿਚਾਰਿਆਂ ਨੇ ਕਾਂ ਫਸਿਆ ਉਤਾਰਤਾ ਔਰ ਉਹ ਵੀ ਇੱਥੋਂ ਚਲਾ ਗਿਆ, ਬਿਲਕੁਲ ਸਹੀ ਉਤਰ ਗਿਆ ਤੇ ਚਲਾ ਗਿਆ, ਔਰ ਆਮ ਜਨਤਾ ਵੀ ਇਹਨਾਂ ਦੀ ਸੇਵਾ ਕਰ ਲੋਹੜੀ ਦੇ ਬਸੰਤ ਦੇ, ਔਰ ਅੱਗੋਂ ਵੀ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਇਹ ਬੰਦ ਹੋਣੀ ਚਾਹੀਦੀ ਹੈ। ਇਹਦੇ ਬਾਰੇ ਨੀ ਪਤਾ।